ਉਹ ਫੁੱਟਰ ਵਾਲੇ ਪਾਸੇ ਆ ਗਈ ਹੈ, ਪਿੰਡ ਵਾਲੇ ਪਾਸੇ ਫੁੱਟਬਾਲ ਗਰਾਊਂਡ ਪਾਸੇ ਆ ਗਈ ਹੈ, ਤੇ ਮੇਨ ਜੀਟੀ ਰੋਡ ਵਾਲੇ ਪਾਸੇ ਟੀਮ ਜਿਹੜੀ ਚਲੀ ਗਈ ਹੈ ਉਹ ਟੀਮ ਹੈ ਗਵਾਂਢ ਪਿੰਡ ਦੀ ਬਧਨੀ ਖੁਰਦਰੀ। ਪਹਿਲੀ ਰੇਡ ਸੁਨੇਰ ਪਿੰਡ ਦਾ ਰਾਜੂ ਪਾਉਣ ਲਈ ਤਿਆਰ ਹੈ ਤੇ ਵੱਡਾ ਵੀਰ ਲੋਪੋ ਵਾਲਾ ਅਮਨ ਗੱਲ ਕਰੇਗਾ। ਲਓ ਸੁਨੇਰਾਂ ਵਾਲਾ ਕਹਿੰਦੇ ਰਾਜੂ ਹੈ, ਸੰਤਾਂ ਦਾ ਪੁਰਸ਼ਾਂ ਦਾ ਪਿੰਡ ਹੈ ਸੁਨੇਰ। ਲਓ ਸੁਨੇਰਾਂ ਵਾਲੇ ਰਾਜੂ ਨੇ ਕਹਿੰਦੇ ਕਬੱਡੀ ਪਾ ਦਿੱਤੀ ਹੈ ਜਾਫੀ ਚਾਰ ਨੇ, ਇੱਕ ਕਨੀ ਤੇ ਕਹਿੰਦੇ ਗਿੰਦੀ ਮਾਨ ਸਿੰਘ ਵਾਲੇ ਦਾ ਲੱਗਿਆ ਹੋਇਆ, ਆ ਹੈ ਗਿੰਦੀ ਮਾਨ ਸਿੰਘ ਵਾਲੇ ਦਾ, ਗਿੰਦੀ ਮਾਨ ਸਿੰਘ ਵਾਲੇ ਦਾ। ਹਾਂ ਜਾਨ ਸੀਨਾ ਵੀ ਕਹਿੰਦੇ ਆ ਪਿਆਰ ਦੇ ਨਾਲ, ਸਾਹਮਣੇ ਪਕੜ ਮਜ਼ਬੂਤ ਕੀਤੀ ਹੋਈ ਹੈ, ਲੱਗਿਆ ਪਿਆ ਜ਼ੋਰ ਦੋਨੋਂ ਕਬੱਡੀ ਦੇ ਖਿਡਾਰੀ ਦੇ ਬਣੇ। ਆਪਣੇ ਆਪਣੇ ਵੀਰੇ ਇੱਕ ਮਿੰਟ ਉਧਰ ਸਾਡੇ ਵੀਰ ਐਮਐਲਐਸ ਜੋ ਚਲਾਉਂਦਾ ਵੀਰ ਜੋ ਡਰਾਈਵਰ ਆ ਉਸ ਗੱਡੀ ਦਾ ਉਹਦਾ ਸਨਮਾਨ ਕਰਨਾ ਹੈ। ਹਾਂਜੀ ਅਮਨ ਲੋਪੋ ਜੀ ਕੈਰੀ ਆਨ, ਲਓ ਕਰੋ ਗੱਲ ਅਗਲੀ ਰੇਲ ਭੜੋ ਪਿੰਡ ਦਾ ਮੈਦਾਨ ਦੇ ਵਿੱਚ ਵੇਖਾਂਗੇ ਵੀ ਜੱਸੀ ਕਬੱਡੀ ਪਾਲੀ ਨਾਂ ਕਹਿੰਦੇ ਜੌਲੀ ਹੈ ਮੇਰੇ ਵੀਰੇ ਭੜੋ ਵਾਲਾ, ਭੜੋ ਵਾਲਾ ਜੌਲੀ ਕਹਿੰਦੇ ਅਨੇਕਾਂ ਮੋਟਰਸਾਈਕਲਾਂ ਦਾ ਜੇਤੂ ਹੈ। ਆਹ ਸਾਹਮਣੇ ਭੜੋ ਵਾਲਾ ਜੌਲੀ ਕਬੱਡੀ ਪਾ ਰਿਹਾ ਹੈ। ਹੁਣ ਚਾਰ ਜਾਫੀ ਬਧਨੀ ਦੀ ਟੀਮ ਨੇ ਕਾਣ ਬਾਗਾ ਤੇ ਜਾਂ ਫਿਰ ਕਹਿੰਦੇ ਜਗਾਵਾਂ ਵਾਲੇ ਸਰਪੰਚਾਂ ਦਾ ਮੁੰਡਾ ਜੱਫਾ ਲਾਵੇਗਾ, ਪਰ ਇਸ਼ਾਰਾ ਕੀ ਹੈ ਵੀ ਪੁਆਇੰਟ ਜੌਲੀ ਪੜਾਉਣ ਵਾਲਾ ਆਪਣੀ ਟੀਮ ਦੇ ਸਿੱਧ ਵਿੱਚ ਜੋੜ ਰਿਹਾ ਹੈ। ਅਗਲੀ ਰੇਡ ਲੰਡੇ ਕੇ ਵਾਲਾ ਗਗਨ ਆ ਗਿਆ, ਲੈ ਵੀ ਬਿੱਲੇ ਕਰਦੇ ਸਿਰਤ ਮੁੰਡੇ ਦੀ, ਆ ਮੁੰਡੇ ਦਾ ਸਨਮਾਨ ਅੱਜ ਲੋਪੋ ਵਾਲਿਆ 21,000 ਦੀ ਨਗਦ ਰਾਸ਼ੀ ਤੇ ਨਾਲ ਇੱਕ ਵੱਡੇ ਕੱਪ ਦੇ ਨਾਲ ਕੀਤਾ ਜਾਣਾ। ਆ ਮੁੰਡਾ ਇੱਕ ਸਾਲ ਕਰਮਪਾਲ ਸਿੱਧੂ ਉਹਨਾਂ ਦੀ ਬਦੌਲਤ, ਮੇਜਰ ਭਲੂਰ ਉਹਨਾਂ ਦੀ ਬਦੌਲਤ, ਕੈਨੇਡਾ ਦੀਆਂ ਵੱਖ ਵੱਖ ਖੇਡ ਗਰਾਊਂਡਾਂ ਦੇ ਵਿੱਚ ਵੀ ਖੇਡਿਆ, ਪਰ ਦਾਉਧਰ ਪਿੰਡ ਦਾ ਬਰੂਨੀ ਜਿਹੜੇ ਪਿੰਡ ਦੇ ਵਰਿੰਦਰ ਦੀ ਚਰਚਾ ਹੈ ਐਨ ਦੁਨੀਆਂ ਦੇ ਵਿੱਚ ਹੋਈ ਹੈ। ਪਰ ਅਗਲੀ ਰੇਡ ਪਾਉਣ ਲਈ ਮੈਦਾਨ ਦੇ ਵਿੱਚ ਵੇਖਾਂਗੇ ਲਸਾੜੇ ਗਿੱਲਾਂ ਵਾਲਾ ਬੱਬੂ ਐਨ ਗਰਾਊਂਡ ਦੇ ਵਿੱਚ ਵਾਧਾ ਹੈ। ਲਓ ਲਸਾੜਾ ਗਿੱਲ ਜ਼ਿਲ੍ਹੇ ਲੁਧਿਆਣੇ ਦਾ ਪਿੰਡ ਹੈ, ਬੱਬੂ ਨਾਮ ਬਾਲਾਂ ਦਾ ਐਨ ਵੱਖਰਾ ਜਿਹਾ ਸਟਾਈਲ ਮੁੰਡੇ ਦਾ, ਤੇ ਚਾਰ ਜਾਫੀ ਹੈ। ਹੁਣ ਚਾਰਾਂ ਦੇ ਵਿੱਚੋਂ ਵੇਖਾਂਗੇ ਇੱਕ ਦੇ ਨਾਲ ਕਰ ਮੁਕਾਬਲਾ ਤੇ ਇੱਕ ਤਕੜੇ ਨੰਬਰ ਦਾ ਵਾਧਾ ਲਸਾੜੇ ਵਾਲਾ ਬੱਬੂ ਕਰ ਗਿਆ। ਸੁਨੇਰ ਪਿੰਡ ਦਾ ਰਾਜੂ ਆ ਗਿਆ ਤੇ ਲੋਪੋ ਵਾਲਿਆ ਕਰਨਾ ਮਾਈਕਰੋਬੋਲੇਰਾਂ ਵਾਲਾ ਕਹਿੰਦੇ ਰਾਜੂ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ। ਇੱਕ ਕੰਨੀ ਤੇ ਦਾਉਧਰ ਵਾਲਾ ਕਹਿੰਦੇ ਬਿੰਦਰ ਲੱਗਿਆ ਹੋਇਆ, ਜਲਾਲ ਵਾਲੇ ਰੁਪਿੰਦਰ ਦਾ ਯਾਰ ਹੈ, ਤੇ ਕਹਿੰਦੇ ਦੂਜੀ ਕੰਨੀ ਤੇ ਗਿੰਦੀ ਹੈ ਬਰੂਨੀ ਵਰਗੇ ਖਿਡਾਰੀ ਤਿਆਰ ਨੇ, ਪਰ ਪੁਆਇੰਟ ਕਹਿੰਦੇ ਸੁਨੇਰਾਂ ਵਾਲਾ ਰਾਜੂ ਆਪਣੀ ਟੀਮ ਦੇ ਸਿੱਧ ਵਿੱਚ ਜੋੜਦਾ ਆਇਆ। ਅਗਲੇ ਮੈਚ ਦੀਆਂ ਟੀਮਾਂ ਮੀਨੀਆਂ ਤੇ ਬਰਸਾਲਪੁਰ, ਮੀਨੀਆਂ ਤੇ ਬਰਸਾਲਪੁਰ ਦੀਆਂ ਟੀਮਾਂ ਨੂੰ ਸਾਡੀ ਬੇਨਤੀ ਹੈ, ਮੀਨੀਆਂ ਤੇ ਬਰਸਾਲਪੁਰ ਦੀ ਟੀਮਾਂ ਪਲੀਜ਼ ਜਲਦੀ ਨਾਲ ਮੈਦਾਨਾਂ ਦੇ ਲਾਗੇ ਆ ਜਾਣ। ਮੀਨੀਆਂ ਤੇ ਬਰਸਾਲਪੁਰ ਪਹਿਲੇ ਕੁਆਟਰ ਫਾਈਨਲ ਦੇ ਲਈ, ਬਿੱਲੇ ਕੁਆਟਰ ਫਾਈਨਲ ਹੀ ਆ ਬਿੱਲੇ, ਹਾਂਜੀ ਕੁਆਟਰ ਫਾਈਨਲ ਹੀ ਆ, ਹਾਂਜੀ ਹਾਂਜੀ ਕੁਆਟਰ ਹੀ ਆ ਜੀ। ਬੇਨਤੀ ਹੈ ਮੀਨੀਆਂ ਤੇ ਬਰਸਾਲਪੁਰ ਦੀ ਟੀਮਾਂ, ਲਓ ਸਾਹਮਣੇ ਜੌਲੀ ਦੀ ਰੇਡ ਤੇ ਕਹਿੰਦੇ ਨੌਜਵਾਨ ਲਾਲੀ ਚਗਾਵਾਂ ਵਾਲਾ ਸਰਪੰਚਾਂ ਦਾ ਮੁੰਡਾ ਜੱਫਾ ਲੈ ਕੇ ਬੱਲੇ ਬੱਲੇ ਕਰਵਾ ਗਿਆ, ਤਕੜਾ ਪੁਆਇੰਟ ਆਪਣੀ ਟੀਮ ਦੇ ਸਿਰ ਦੇ ਵਿੱਚ ਜੋੜਦਾ ਹੈ। ਅਗਲੀ ਰੇਡ ਲੰਡੇ ਕੇ ਵਾਲਾ ਗਗਨ ਆ ਗਿਆ, ਅੱਜ 21,000 ਦੀ ਨਕਦ ਰਾਸ਼ੀ ਨਾਲ ਵੀ ਮਾਨਿਆ ਸਨਮਾਨਿਆ ਜਾਵੇਗਾ। ਹੁਣ ਬਿੰਦਰ ਤੇ ਬਰੂਨੀ ਤੇ ਗਿੰਦੀ ਕੌਣ ਜੱਫਾ ਲਾਵੇਗਾ, ਲੈ ਵੀ ਬੱਲਿਆ ਕੌਣ ਕਹਿੰਦੇ ਬਿੰਦਰ ਹੈ, ਇਹ ਹੈ ਦਾਉਧਰ ਵਾਲਾ ਬਿੰਦਰ ਜਿਹਨੇ ਹੁਣ ਕੋਸ਼ਿਸ਼ ਕੀਤੀ ਹੈ, ਪਰ ਨੰਬਰ ਜਿਹੜਾ ਗਰਾਊਂਡ ਦੇ ਵਿੱਚ ਦੇਖਾਂਗੇ ਵੀ ਉਹ ਰੇਡਰ ਨੇ ਆਪਣੀ ਟੀਮ ਲਈ ਜ਼ੋਰ ਦਿੱਤਾ ਹੈ। ਆ ਵੱਲ ਸਾਡੇ ਗਿੱਲਾਂ ਵਾਲਾ ਬੱਬੂ ਜਿਹੜਾ ਮੈਦਾਨ ਦੇ ਵਿੱਚ ਕਬੱਡੀ ਪਾਉਣ ਲਈ ਵੱਧਦਾ ਹੈ। ਹੁਣ ਚਾਰ ਜਾਫੀ ਤਿਆਰ ਹੈ ਕਿ ਅੜੋੜੀ ਚਲੋ ਪੈਂਦੇ ਪੇਚੇ ਸੋਹਣਿਆ, ਉਹ ਦੂਰ ਹੁੰਦੇ ਮਨਾਂ ਦੇ ਭੁਲੇਖੇ ਸੋਹਣਿਆ, ਕਿ ਅਗਲਾ ਵੀ 21-31 ਮੋੜਦਾ ਉਹ ਰਾਜੇ ਖੇਲੇ ਤਬਕਾ ਪਗਾਨੇ ਪੁੱਤਰਾ, ਉਹ ਭਜਰਾ ਫਰਾਟਾ ਜਿਵੇਂ ਨੀਲੇ ਫੋੜਦਾ, ਕਿ ਰਾਜੇ ਖੇਲੇ ਤਬਕਾ ਪਗਾਨੇ ਪੁੱਤਰਾ। ਤਾੜੀਆਂ ਜ਼ੋਰਦਾਰ ਮਾਰਦੇ ਮੇਰੇ ਵੀਰ, ਇਹ ਚੁਗਾਨਾ ਵਾਲਾ ਲਾਲੀ ਹੈ ਜੇ ਲਸਾੜੇ ਵਾਲੇ ਬੱਬੂ ਨੂੰ ਜੱਫਾ ਲਾ ਕੇ ਬੱਲੇ ਬੱਲੇ ਕਰਵਾ ਦਿੱਤੀ ਹੈ। ਇਹ ਕਹਿੰਦੇ ਚੁਗਾਨਾ ਵਾਲਾ ਲਾਲੀ ਹੈ ਸਰਪੰਚਾਂ ਦਾ ਮੁੰਡਾ, ਲਓ ਸੁਨੇਰਾਂ ਵਾਲਾ ਰਾਜੂ ਕਬੱਡੀ ਪਾ ਰਿਹਾ। ਹੁਣ ਚਾਰਾਂ ਜਾਫੀਆਂ ਦੇ ਵਿੱਚ ਗਿੰਦੀ ਦੇ ਨਾਲ ਕਰ ਮੁਕਾਬਲਾ, ਪੁਆਇੰਟ ਰਾਜੂ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜਦਾ ਆਇਆ। ਅਗਲੀ ਰੇਡ ਕੌਣ ਪਾਵੇਗਾ ਜੌਲੀ, ਅਗਲੇ ਬੁਲਾਰੇ ਕਿਹੜੇ ਹੈ ਨੇਕੀ ਮੇਰਾ ਵੀਰ ਜ਼ਰੂਰ ਦੱਸ ਦਾ ਵੀ ਅਗਲੇ ਕਮੈਂਟੇਟਰ ਕੁਆਟਰ ਫਾਈਨਲ ਦੇ ਲਈ ਆਪਾਂ ਕਿੰਨਾ ਵੀਰਾਂ ਨੂੰ ਅਨਾਊਂਸ ਕਰਨਾ। ਲਓ ਇਧਰਲੇ ਪਾਸੇ ਵੇਖਾਂਗੇ ਵੀ ਅਗਲੀ ਰੇਡ
जली पड़ो पिंड वाला मैदान देखेंगे भी फिर पाने तैयार है एन कबड्डी पाने पाता चार जाफिया ने बच्चों देखेंगे भी केड़ा गबरू एक पासे चुगाने वाले सरपंचा का पुत है ते दूजे पासे पागा है पत्नी पिंड वाला है और चारा ने बच्चों देखेंगे भी कौन पद के पाइयो रेड ते पत्नी वाले बागे दे नाल कर मुकाबला ते तगड़ा नंबर गबरू ने जोड़ दिता है बरसालपुर ते मीनिया हिंदगढ़ ते रसूलपुर पुटर ते दिड़पा भांगर का मैच इन्होंने बच्चों जितने वाली दे नाल लास्ट क्वार्टर खेडिया जाएगा ते सारिया टीम जल्दी दे नाल ग्राउंड दे लागे पहुंचन पीवी नती एस के ट्रॉफी बदनी कला ते नाल भोला दौधर बड़ा धन्नवाद उधरले पासे लंडे गया बड़ा ओ गगन ते गिंदी ओ गगन ते गिंदी भावे मान सिंह वालिया एन गिंदी है ਹੁੰਦਾ ਮਾਨ ਸਿੰਘ ਵਾਲੇ ਦਾ ਭਜਨੀ ਕਬੱਡੀ ਖੇਡਦਾ ਖੇਡਦਾ ਹੁੰਦਾ ਓਪਨ ਦੇ ਵਿੱਚ ਆ ਗਿਆ ਤੇ ਦੁਨੀਆ ਦੇ ਵੱਡੇ ਵੱਡੇ ਸਾਰੇ ਨੇ ਡੱਕਤੇ ਆ ਇਹ ਆ ਜਿੰਦੀ ਮਾਨ ਸਿੰਘ ਵਾਲੇ ਪਿੰਡ ਦਾ ਅਗਲੀ ਰੇਡ ਇਹ ਵੀ ਲੋਪੋ ਵਾਲਿਆ ਲਸਾੜੇ ਵਾਲਾ ਬੱਬੂ ਕਬੱਡੀ ਲਓ ਲਸਾੜੇ ਵਾਲਾ ਬੱਬੂ ਕਬੱਡੀ ਭਾ ਰਿਹਾ ਫੰਤਾ ਬਦਰੀ ਖੁਰਦ ਵੱਲੋਂ ਬਦਰੀ ਦੀ ਟੀਮ ਦੇ ਲਈ 500 ਦੇ ਮਾਨ ਆਇਆ ਉਹ ਸਾਹਮਣੇ ਰੇਡ ਆਓ ਪੁਆਇੰਟ ਲਸਾੜੇ ਵਾਲਾ ਬੱਬੂ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ ਹੈ ਲਵੀ ਬਦਨੀ ਵਾਲੇ ਆਪਣਾ 500 ਰੁਪਈਆ ਮੇਰੇ ਤੋਂ ਜਾਂਦੇ ਹੋਏ ਜ਼ਰੂਰ ਪ੍ਰਾਪਤ ਕਰ ਲਿਓ ਬਰਸਾਲਪੁਰ ਤੇ ਮੀਨੀਆਂ ਬਰਸਾਲਪੁਰ ਤੇ ਮੀਨੀਆਂ ਦੀਆਂ ਟੀਮਾਂ ਨੂੰ ਬੇਨਤੀ ਹੈ ਤੇ ਅਗਲੇ ਬੁਲਾਰੇ ਖਾਨ ਜਲਾਲ ਤੇ ਨਾਲ ਬਿੱਲਾ ਲਾਲ ਤੋਂ ਜੀ ਉਹਨਾਂ ਨੂੰ ਬੇਨਤੀ ਹੈ ਗਰਾਊਂਡ ਦੇ ਵਿੱਚ ਆ ਜਾਣਗੇ ਲੋ ਬਰੂਨੀ 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 ਤੇ ਰਾਜੂ ਤੇ ਪਾਂਡ ਕਹਿੰਦੇ ਸਨੇਰਾ ਵਾਲਾ ਰਾਜੂ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੁੜਦਾ ਹੈ ਅਗਲੀ ਰੇਡ ਜੌਲੀ ਆ ਗਿਆ ਬਿੱਲੇ ਜੌਲੀ ਲਓ ਪੜੋ ਪਿੰਡ ਵਾਲਾ ਮੈਦਾਨ ਦੇ ਵਿੱਚ ਵੇਖਾਂਗੇ ਵੀ ਜੌਲੀ ਐਨ ਕਬੱਡੀ ਪਾਉਣ ਲਈ ਵਾਧਾ ਹੈ ਰੂਪੀ ਦੌਧਰ ਤੇ ਨੇਕੀ ਉਹਨਾਂ ਦੇ ਪਿਆਰ ਭਰੇ ਸੱਦੇ ਤੇ ਅੱਜ ਟੀਮ ਜਿਹੜੀ ਦੌਧਰ ਪਿੰਡ ਦੀ ਬਣ ਕੇ ਆਈ ਹੈ ਵੱਡਾ ਧੰਨਵਾਦ ਹੈ ਸੰਗਤ ਸਾਰੀ ਜਿੰਨੀ ਵੀ ਹੈ ਟਿਕ ਟਿਕ ਲਗਾ ਕੇ ਇਹਨਾਂ ਮੈਚਾਂ ਦਾ ਆਨੰਦ ਮਾਣ ਰਹੇ ਆ ਸਾਰਿਆਂ ਦਾ ਵੱਡਾ ਧੰਨਵਾਦ ਹੈ ਲੈ ਵੀ ਜੇ ਦਰਸ਼ਕ ਵੀਰੋ ਵਾਕਈ ਅੱਜ ਪੁੱਟਰ ਦੇ ਵਿੱਚ ਪਲੇਅਰ ਸਿਰੇ ਦੇ ਆਏ ਆ ਆਪਣੇ ਏਰੀਏ ਦੇ ਵਿੱਚ ਐਨ ਗੱਲ ਟਿਕਾਣੇ ਲੈ ਗਈ ਅਤੇ ਤਾੜੀਆਂ ਮਾਰ ਦੋ ਪ੍ਰਬੰਧਕਾਂ ਦੇ ਨਾਂ ਤੇ ਐਨ ਮੇਲਾ ਸਿਰੇ ਦਾ ਅਗਲੀ ਰੇਡ ਪਾਲੀ ਮੈਦਾਨ ਦੇ ਵਿੱਚ ਲੰਡੇ ਗਿਆ ਵਾਲਾ ਗਗਨ ਐਨ ਤੁਰ ਪਿਆ ਤੇ ਲੈ ਵੀ ਲੋਪੋ ਵਾਲਿਆ ਲੰਡੇ ਕੇ ਵਾਲਾ ਕਹਿੰਦੇ ਗਗਨ ਆ ਗਿਆ ਮੇਰੇ ਵੀਰ ਕਬੱਡੀ ਪਾਉਣ ਦੇ ਲਈ ਗਗਨ ਗਗਨ ਕਬੱਡੀ ਪਾ ਰਿਹਾ ਹੁਣ ਗਗਨ ਨੂੰ ਕੌਣ ਜਫਾ ਲਾਊਗਾ ਦੌਧਰ ਵਾਲਾ ਬਿੰਦਰ ਹੈ ਉਹ ਬਿੰਦਰ ਤੇ ਕਹਿੰਦੇ ਗਗਨ ਗਗਨ ਪੁਆਇੰਟ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜਦਾ ਆਇਆ ਤਕੜਾ ਨੰਬਰ ਲਸਾੜੇ ਵਾਲਾ ਬਾਬੂ ਆ ਗਿਆ ਜਿਹਨੇ ਕੈਨੇਡਾ ਵੀ ਕਬੱਡੀ ਖੇਡੀ ਹੈ ਜਿਹਨੇ ਆਸਟ੍ਰੇਲੀਆ ਦੇ ਮੈਦਾਨਾਂ 'ਚ ਵੀ ਬੱਲੇ ਬੱਲੇ ਕਰਵਾਈ ਹੈ ਜਿਹਦੀ ਪੰਜਾਬ ਦੇ ਖੇਡ ਮੇਲਿਆਂ 'ਤੇ ਵੀ ਐਨ ਗੁੱਡੀ ਕਹਿੰਦੇ ਸਮਾਨ ਦੇ 'ਚ ਟਿੱਕੀ ਹੋਈ ਹੈ ਲਓ ਲਸਾੜੇ ਵਾਲਾ ਬਾਬੂ ਤੇ ਦੂਜੇ ਪਾਸੇ ਬਦਨੀ ਵਾਲਾ ਬਾਘਾ ਬਦਨੀ ਵਾਲਾ ਬਾਘਾ ਤੇ ਪੁਆਇੰਟ ਲਸਾੜੇ ਵਾਲਾ ਬਾਬੂ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜਦਾ ਆਇਆ ਅਗਲੀ ਰੇਡ ਰਾਜੂ ਸੁਨੇਰਾ ਵਾਲਾ ਲਓ ਸੁਨੇਰਾ ਵਾਲਾ ਮੈਦਾਨ ਦੇ ਵਿੱਚ ਵੇਖਾਂਗੇ ਵੀ ਅਗਲੀ ਰੇਡ ਰਾਜੂ ਰਾਜੂ ਐਨ ਪਾਉਣ ਲਈ ਗਰਾਊਂਡ ਦੇ ਵਿੱਚ ਵੱਧ ਹੈ ਚਾਰ ਜਾਫੀ ਹੁਣ ਤਿਆਰ ਹੈ ਹੁਣ ਚਾਰਾਂ ਦੇ ਵਿੱਚੋਂ ਇੱਕ ਕੰਨੀ ਤੇ ਗਿੰਦੀ ਹੈ ਮਾਨ ਸਿੰਘ ਵਾਲੇ ਪਿੰਡ ਦਾ ਨਾਲ ਦੌਧਰ ਵਾਲਾ ਬਰੂਨੀ ਹੈ ਤੇ ਉਰਲੀ ਕੰਨੀ ਤੇ ਦੌਧਰ ਪਿੰਡ ਦਾ ਬਿੰਦਰ ਪਰ ਐਨ ਗਿੰਦੀ ਦੇ ਇੱਕ ਦੇ ਵਿੱਚ ਟੱਚ ਮਾਰਿਆ ਤੇ ਰਾਜੂ ਇੱਕ ਤਕੜੇ ਨੰਬਰ ਦਾ ਵਾਧਾ ਆਪਣੀ ਟੀਮ ਲਈ ਕਰ ਚੁੱਕੇ ਹੈ ਰਾਜੂ ਨੇ ਕਹਿੰਦੇ ਤਕੜਾ ਨੰਬਰ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜ ਦਿੱਤਾ ਹੈ ਅਗਲੀ ਰੇਡ ਜੌਲੀ ਕਹਿੰਦੇ ਪੜੋ ਪਿੰਡ ਵਾਲਾ ਮੇਰੇ ਵੀਰੋ ਤਿਆਰ ਹੈ ਹੱਥਾਂ ਨੂੰ ਕਲੀ ਲਾਈ ਹੈ ਤੇ ਧਾਵਾ ਬੋਲ ਦਿੱਤਾ ਹੈ ਚਾਰ ਜਾਫੀ ਤਿਆਰ ਨੇ ਹੁਣ ਚਾਰ ਜਾਫੀਆਂ ਦੇ ਵਿੱਚੋਂ ਕੌਣ ਜਫਾ ਲੈ ਕੇ ਬੱਲੇ ਬੱਲੇ ਕਰਵਾਵੇਗਾ ਗੱਲ ਸਮੇਂ ਦੀ ਹੈ ਕਿ ਮਿਲ ਜੇ ਤਰੱਕੀ ਧੱਕਾ ਮਾਰ ਕੇ ਨਹੀਂ ਲੰਘੀ ਦਾ ਮਿਲੇ ਸਤਕਾਰ ਬਿਨਾਂ ਗੱਲ ਤੋਂ ਨਹੀਂ ਖੰਘੀ ਦਾ ਜਿਹੜਿਆਂ ਰੁੱਖਾਂ ਦੇ ਥੱਲੇ ਮਾਣੀ ਹੋਵੇ ਛਾਂ ਕਹਿੰਦੇ ਨੇ ਸਿਆਣੇ ਉਹ ਵੱਢਣੇ ਨਹੀਂ ਚਾਹੀਦੇ ਦੋ ਚੀਜ਼ਾਂ ਬੰਦੇ ਨੂੰ ਨੇ ਮਾਰ ਦਿੰਦੀਆਂ ਪੈਰ ਤੇ ਅਸੂਲ ਕਦੇ ਛੱਡਣੇ ਨਹੀਂ ਚਾਹੀਦੇ ਦੋ ਚੀਜ਼ਾਂ ਬੰਦੇ ਨੂੰ ਨੇ ਮਾਰ ਦਿੰਦੀਆਂ ਪੈਰ ਤੇ ਅਸੂਲ ਕਦੇ ਛੱਡਣੇ ਨਹੀਂ ਚਾਹੀਦੇ ਲਓ ਸੁਨੇਰਾ ਵਾਲਾ ਰਾਜੂ ਆ ਗਿਆ ਬਿੰਦਰਾ ਲਾ ਜਫਾ ਅੱਜ ਦੌਧਰ ਪਿੰਡ ਕੋਈ ਜ਼ਿਆਦਾ ਦੂਰੀ ਤੇ ਨਹੀਂ ਗੁਆਂਢੀ ਪਿੰਡ ਹੈ ਨਾਲ ਗਿੰਦੀ ਮਾਨ ਸਿੰਘ ਵਾਲੇ ਦਾ ਤੇ ਸੁਨੇਰਾ ਵਾਲਾ ਰਾਜੂ ਪੁਆਇੰਟ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜਦਾ ਆਇਆ ਤਕੜਾ ਨੰਬਰ ਉਧਰ ਸਵਰਗਵਾਸੀ ਸੰਤਾ ਸਿੰਘ ਧਾਲੀਵਾਲ ਉਹਨਾਂ ਦੇ ਪਰਿਵਾਰ ਦੇ ਵੱਲੋਂ
ਉਹਨਾਂ ਦੇ ਪੋਤਰੇ ਹਰਪ੍ਰੀਤ ਤੇ ਨਾਲ ਬੱਬੀ ਸਾਡਾ ਵੀਰ ਰਾਏ ਕੋਟ ਉਹਨਾਂ ਦੇ ਵੱਲੋਂ 51,000 ਦੀ ਨਗਦ ਰਾਸ਼ੀ ਦੇ ਨਾਲ ਆਨੰਦਪੁਰ ਸਾਹਿਬ ਦੀ ਚੈਂਪੀਅਨਸ਼ਿਪ ਤੇ ਵੱਡਾ ਸਨਮਾਨ ਡਾਲੇ ਪਿੰਡ ਦੇ ਗੱਗੂ ਦਾ ਕੀਤਾ ਜਾਵੇਗਾ। ਮੇਰੀ ਬੇਨਤੀ ਹੈ ਵੀ ਟੀਮ ਜਲਦੀ ਦੇ ਨਾਲ ਬਰਸਾਲਪੁਰ ਤੇ ਮੀਨੀਆਂ ਦੀ ਟੀਮ ਆ ਗਈ ਹੈ, ਬਰਸਾਲਪੁਰੀਆ ਹਣੀ ਵੀ ਆ ਗਿਆ ਵਾ, ਜਲਦੀ ਨਾਲ ਦੋਨੇ ਟੀਮਾਂ ਗਰਾਊਂਡ ਦੇ ਵੱਲੋਂ ਆ ਜਾਣ। ਲਓ ਲੰਡੇ ਕਿਆ ਵਾਲਾ ਗਗਨ ਮਨਾਮ ਦੇ ਵਿੱਚ ਵੇਖਾਂਗੇ, ਐ ਰੰਗਲੀ ਰੇਡ ਪਾਉਣ ਲਈ ਵਾਧਾ ਤੇ ਚਾਰ ਤੇ ਚਾਰਾਂ ਦੇ ਵਿੱਚੋਂ ਦੌਧਰ ਵਾਲੇ ਐਨ ਬਿੰਦਰ ਨੂੰ ਕਰ ਮੁਕਾਬਲਾ, ਇੱਕ ਤਕੜੇ ਨੰਬਰ ਦਾ ਵਾਧਾ ਕਰ ਗਿਆ। ਅਗਲੀ ਰੇਡ ਭੜੋ ਵਾਲਾ ਜੌਲੀ ਆ ਗਿਆ, ਲਓ ਭੜੋ ਵਾਲਾ ਜੌਲੀ ਅਗਲੀ ਕਬੱਡੀ ਪਾਉਣ ਲਈ ਬਿਲਕੁਲ ਤਿਆਰ ਹੈ ਮੈਦਾਨ ਦੇ ਵਿੱਚ। ਕਲਵੀਰ ਵੀ ਹੈ ਦੌਧਰ ਵਾਲਾ, ਜੀ ਨੇ ਦੌਧਰ ਵਿੱਚ ਕਹਿੰਦੇ ਨਵੀਂ ਜਿਮ ਖੋਲੀ ਆ ਦਾ ਬੀਮ ਜਿਮ, ਤੇ ਨਾਲ ਕਹਿੰਦਾ ਵੀ ਕ੍ਰੋਸ ਫਿੱਟ ਵੀ ਹੈ, ਆਹ ਸਾਹਮਣੇ ਦਾ ਬੀਮ ਜਿਮ ਵੀ ਜੁਆਇਨ ਕਰੋ, ਸਾਰੇ ਖਿਡਾਰੀਆਂ ਨੂੰ ਬੇਨਤੀ ਹੈ। ਕਲਵੀਰ ਨੇ ਕਹਿੰਦੇ ਨਵੀਂ ਜਿਮ ਉੱਪਰ ਕੀਤੀ ਹੈ ਦੌਧਰ ਦੇ ਵਿੱਚ। ਲਓ ਜੌਲੀ ਭੜੋ ਵਾਲਾ ਕਬੱਡੀ ਭਾ ਰਿਹਾ, ਹੁਣ ਲਾਲੀ ਵੀ ਤਿਆਰ ਹੈ ਤੇ ਕਹਿੰਦੇ ਬਦਨੀ ਵਾਲਾ ਬਾਘਾ ਵੀ ਤਿਆਰ ਹੈ ਮੇਰੇ ਵੀਰੋ। ਹੁਣ ਕੌਣ ਲਾਲੀ ਚੁਗਾਨਾ ਵਾਲਾ, ਲਾਲੀ ਚੁਗਾਨਾ ਵਾਲਾ ਤੇ ਕਹਿੰਦੇ ਵਾਹਿਗੁਰੂ ਮਿਹਰ ਕਰੇ, ਵਾਹਿਗੁਰੂ ਮਿਹਰ ਕਰੇ। ਖਿਡਾਰੀ ਸੱਟ ਮਹਿਸੂਸ ਕਰ ਰਿਹਾ, ਮੈਚ ਸਮਾਪਤ। ਇਸ ਮੈਚ ਦੇ ਵਿੱਚੋਂ ਜੇਤੂ ਟੀਮ ਬਦਨੀ ਖੁਰਦ ਤੇ ਭੰਗਰ ਨਾਲ ਲਾਸਟ ਕੁਆਟਰ ਹੈ। ਬਦਨੀ ਟੀਮ ਆਪਣਾ 500 ਰੁਪਏ ਮੈਥੋਂ ਪ੍ਰਾਪਤ ਕਰ ਲਵੇ।